ਭਾਈ ਜਦੋਂ ਦੇ ਹਾਲਾਤ ਬਣੇ ਨੇ ਤੁਸੀਂ ਲਗਾਤਾਰ ਜਿਹੜੇ ਇੱਥੇ ਤੁਸੀਂ ਬੰਦ ਤੇ ਸੇਵਾ ਕਰ ਰਹੇ ਹੋ। ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਰ ਜੀ ਅਸੀਂ 15 ਤਰੀਕ ਦੇ ਸ਼ੁਰੂ ਹੋਏ ਹਾਂ ਜੀ। ਜਿੱਦਣ ਦੇ ਅਸੀਂ ਆਏ ਕੋਈ ਪ੍ਰਸ਼ਾਸਨ ਵਾਲਾ ਨਹੀਂ ਸੀ ਹੈਗਾ। ਪਹਿਲੇ ਦਿਨ ਜਿੱਦਣ ਇੱਥੇ ਬੋਰੇ ਲਾਏ ਉੱਦਣ ਸੀਗੇ, ਉਸ ਤੋਂ ਬਾਅਦ 'ਚ ਕੋਈ ਨਹੀਂ ਸਾਨੂੰ ਮਿਲਿਆ। ਅਸੀਂ ਉੱਦਣ ਦੇ ਦਿਨ ਰਾਤ ਬੰਦ ਤੇ ਹਾਂ ਜੀ। ਆਪਣੇ ਕੋਲੋਂ ਮਿੱਟੀ ਸਾਡੇ ਚੀਮਾ ਸਾਹਿਬ ਆ, ਉਹਨਾਂ ਦੀ ਮਸ਼ੀਨ ਆ। ਸਾਡੇ ਦੋਸਤ ਆ ਜੀ ਚੱਠਾ ਸਾਹਿਬ ਚੱਕੋਕਿਆਂ ਤੋਂ, ਉਹਨਾਂ ਦਾ ਸਹਿਯੋਗ ਆ। ਭੁੱਲਰ ਭਾਜੀ ਆ ਸਾਡੇ ਹਫਦਪੁਰ ਤੋਂ, ਉਹਨਾਂ ਦੀਆਂ ਟਰਾਲੀਆਂ ਟਰੈਕਟਰ ਸਾਡੇ ਕਿਤੇ ਵੀ ਲੋਡ ਮਨਸੂਰ ਵਾਲ ਲੋਡ ਪਈ ਸਾਹਿਬ ਉਹਨਾਂ ਨੂੰ ਅਸੀਂ ਭਰ ਕੇ ਟਰਾਲੀਆਂ ਡੱਕੀਆਂ ਸੀਗੀਆਂ ਜੀ। ਜੇ ਉੱਥੇ ਲੋਡ ਪਈ, ਬਤਾਲੇ ਲੋਡ ਪਈ, ਚੱਕੋ ਕੀ ਲੋਡ ਪਈ, ਇੱਥੇ ਰਾਪੁਰ ਪਈ, ਕਿਤੇ ਵੀ ਅਸੀਂ ਇੱਕ ਦੂਜੇ ਦਾ ਭੈਣ ਭਰਾਵਾਂ ਨੇ ਸਾਥ ਦਿੱਤਾ। ਇਹਦੇ ਵਿੱਚ ਪ੍ਰਸ਼ਾਸਨ ਕੋਈ ਨਹੀਂ ਹੈਗਾ ਜੀ। ਪ੍ਰਸ਼ਾਸਨ ਦਾ ਤਾਂ ਇੱਕ ਨਾਂ ਲਿਆ ਜਾ ਰਿਹਾ ਪ੍ਰਸ਼ਾਸਨ ਆ, ਕੋਈ ਬੌੜਾ ਨਹੀਂ ਸਾਡੇ ਕੋਲ ਆਣ ਕੇ ਕਵੇ ਸਾਨੂੰ ਕਿਸੇ ਨੇ ਕੋਈ ਬੋਰਾ ਦਿੱਤਾ ਜਾਂ ਅਸੀਂ ਮਿੱਟੀ ਪਚਾਈ ਆ ਜੀ। ਬਾਕੀ ਮੈਂ ਤਾਂ ਇੰਨਾ ਕੁ ਕਹਿਣਾ ਚਾਹੁੰਦਾ ਵੀ ਸਾਨੂੰ ਆਪਾਂ ਨੂੰ ਰਲ ਮਿਲ ਕੇ ਕਰਨਾ ਪੈਣਾ, ਸਰਕਾਰ ਕੁਛ ਨਹੀਂ ਕਰ ਸਕਦੀ ਜੀ। ਅਤੇ ਬਾਕੀ ਜੇ ਸਰਕਾਰ ਨੇ ਕਰਨਾ ਆ ਤਾਂ ਸਾਡਾ ਮੁਆਵਜ਼ਾ ਦਿੱਤਾ ਜਾਵੇ। ਦਿਖਦਾ ਹੀ ਆ ਸਰਕਾਰ ਨੂੰ ਵੀ ਸਾਡਾ ਨੁਕਸਾਨ ਹੋਇਆ ਜ਼ਿਮੀਂਦਾਰਾਂ ਦਾ। ਬਸ ਮੈਂ ਇੰਨਾ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਕਹਿਣਾ ਚਾਹੁੰਦੇ ਤੁਸੀਂ? ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਵੀ ਮੇਰੇ ਵੀਰ ਇੱਥੇ ਇਕੱਠੇ ਹੋਏ ਨੇ ਇਹ ਇਸ ਕਰਕੇ ਇਕੱਠੇ ਹੋਏ ਨੇ ਅਤੇ ਜਿੱਦਾਂ ਭਾਅ ਜੀ ਸਾਹਿਬ ਨੂੰ ਦੱਸਿਆ ਵਾਕਿਆ ਹੀ ਸਾਡਾ ਜ਼ਿਲ੍ਹਾ ਜਿਹੜਾ ਇਹਨਾਂ ਨੂੰ ਹੜ੍ਹ ਪ੍ਰਭਾਵਿਤ ਗਿਣਦੇ ਹੀ ਨਹੀਂ ਪਏ ਉਹ। ਅਤੇ ਪੈਸੇ ਕਿੱਥੇ ਦੇਣੇ ਉਹਨਾਂ ਨੇ ਸਾਨੂੰ? ਇਹ ਮਤ ਸੋਚੋ ਕਿ ਪੈਸੇ ਸਾਨੂੰ ਮਿਲਣਗੇ। ਜਿਹੜੀਆਂ ਆਪਾਂ ਟਰਾਲੀਆਂ ਮਿੱਟੀ ਦੀਆਂ ਪਾਈਆਂ ਨਾ, ਉਹ 2.5-3 ਕਰੋੜ ਇਹਨਾਂ ਨੇ ਉਹੀ ਕਰ ਦੇਣਾ ਪੂਰਾ ਵੀ ਇਹੀ ਪਾਈ ਆ, ਕਿਉਂਕਿ ਫੋਟੋਆਂ ਤਾਂ ਉਹ ਖਿਚਾਉਂਦੇ ਰਹੇ ਆਣ ਕੇ। ਅਤੇ ਬਾਕੀ ਇਹੀ ਕਿਸਾਨ ਯੂਨੀਅਨ ਨਡਾਲਾ ਵੱਲੋਂ ਪੂਰੇ ਇਹਨਾਂ ਦੇ ਨਾਲ ਖੜ੍ਹੇ ਆ। ਜਦੋਂ ਇਹ ਪਾਣੀ ਉਤਰ ਜਾਂਦਾ ਅਸੀਂ ਇਹਨਾਂ ਦੇ ਡੇਰਿਆਂ ਦੇ ਤੂੜੀ ਪਹੁੰਚਾਉਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ। ਜੇ ਕਿਸੇ ਨੂੰ ਹੁਣ ਵੀ ਨਹੀਂ ਮਿਲਦੀ ਤਾਂ ਹੁਣ ਵੀ ਸਾਡੇ ਨਾਲ ਕੰਟੈਕਟ ਕਰ ਸਕਦਾ। ਸਰਕਾਰਾਂ ਦੇ ਭਰੋਸੇ ਨਾ ਰਿਹਾ ਕਰੋ, ਆਪ ਕੰਮ ਕਰਿਆ ਕਰੋ। ਜਿਹੜਾ ਇੱਕ ਦੂਜੇ ਦਾ ਸਾਥ ਦੇਣਾ ਆਪ ਜ਼ਿਮੀਂਦਾਰ ਰਲ ਕੇ ਦਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਭ ਕਿਸਾਨ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਸਰਕਾਰ ਕਿਸਾਨਾਂ ਦਾ ਪੂਰਾ ਫੁੱਲ ਮੁਆਵਜ਼ਾ ਦੇਵੇ। ਦੇਖੋ ਅੱਜ 15 ਦਿਨ ਹੋ ਗਏ ਝੋਨੇ ਨੂੰ ਪਾਣੀ 'ਚ ਡੁੱਬਿਆ ਨੂੰ। ਝੋਨਾ ਕੀ ਬਚੂਗਾ? ਸਰਕਾਰ ਕਹਿੰਦੀ ਗਿਰਦਾਵਰੀ ਕਰਾਉਣੀ ਹੈ। ਗਿਰਦਾਵਰੀ ਕਿਸ ਚੀਜ਼ ਦੀ? ਕਿਸਾਨ ਅੱਗ ਲਾਵੇ ਸਰਕਾਰ ਨੂੰ ਉਸੇ ਵੇਲੇ ਪਤਾ ਲੱਗ ਜਾਂਦਾ। 5 ਮਿੰਟ 'ਚ ਪੁਲਿਸ ਦੀਆਂ ਗੱਡੀਆਂ ਆ ਜਾਂਦੀਆਂ। ਅਤੇ ਸੈਟਲਾਈਟ ਨਾਲ ਸਰਕਾਰ ਨੂੰ ਜੇ ਪਤਾ ਲੱਗਦਾ ਕਿਹੜੇ ਖੇਤ 'ਚ ਅੱਗ ਲੱਗੀ ਹੈ, ਕਿਸ ਕਿਸਾਨ ਨੇ ਲਾਈ ਹੈ, ਅਤੇ ਕੀ ਗਿਰਦੋਈ ਦਾ ਨਹੀਂ ਪਤਾ ਲੱਗਦਾ। ਅੱਜ 15 ਦਿਨ ਹੋ ਗਏ 20 ਦਿਨ ਪਾਣੀ ਚੱਲਦੇ ਨੂੰ ਝੋਨਾ ਡੁੱਬਿਆ ਪਿਆ। 15 ਦਿਨਾਂ ਬਾਅਦ ਕਿਹੜੀ ਫਸਲ ਬਚ ਸਕਦੀ ਹੈ? ਸੋ ਸਰਕਾਰ ਨੂੰ ਬੇਨਤੀ ਹੈ ਕਿ ਸਰਕਾਰ ਕਿਸਾਨਾਂ ਦਾ ਫੁੱਲ ਮੁਆਵਜ਼ਾ ਦੇਵੇ, 100% ਮੁਆਵਜ਼ਾ ਦੇਵੇ। ਘੱਟੋ ਘੱਟ ਕਿਸਾਨਾਂ ਨੂੰ ਅੱਬਲ ਤੇ 50000 ਰੁਪਇਆ, ਪ੍ਰਤੀ ਏਕੜ ਦੇ 25000 ਰੁਪਇਆ ਦੇਵੇ ਤਾਂ ਕਿ ਕਿਸਾਨਾਂ ਦਾ ਖਰਚਾ ਪੂਰਾ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਚੀਮਾ ਸਾਹਿਬ, ਤੁਹਾਡੀ ਸਾਹਿਬ 70 ਕਿੱਲੇ ਜਿਹੜੀ ਮੰਡ ਖੇਤਰ 'ਚ ਪੈਲੀ ਹੈ, ਕੀ ਕਹਿਣਾ ਚਾਹੁੰਦੇ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ। ਕਹਿਣਾ ਤਾਂ ਇਹ ਚਾਹੁੰਦੇ ਹਾਂ ਜਿੰਨਾ ਵੀ 100% ਝੋਨਾ ਜਿਹੜਾ ਖਤਮ ਹੋ ਚੁੱਕਾ ਇਸ ਟਾਈਮ, 100% ਝੋਨਾ ਜਿਹੜਾ ਖਤਮ ਹੋ ਚੁੱਕਾ ਹੈ। ਇਹਦੇ ਵੇਖੋ ਜਿੰਨੀਆਂ ਵੀ ਨੇ ਅੰਮ੍ਰਿਤਸਰ ਏਰੀਆ ਇਹਨਾਂ ਨੇ ਸਾਰੀਆਂ ਲਿਸਟਾਂ ਚੱਲ ਗਈਆਂ। ਸਿਰਫ ਤਰਪੂਥਲੇ ਜ਼ਿਲ੍ਹੇ ਦੀ ਕੋਈ ਅਜੇ ਤੱਕ ਲਿਸਟ ਨਹੀਂ ਗਈ ਬਈ ਆਹ ਖਰਾਬਾ ਤੁਹਾਨੂੰ ਮਿਲੇਗਾ ਆਹ ਮਿਲਿਆ। ਕੋਈ ਇਸ ਟਾਈਮ ਕੋਈ ਅਜੇ ਕੁਛ ਨਹੀਂ ਹੋ ਰਿਹਾ। ਅਸੀਂ ਇਹ ਬੇਨਤੀ ਕਰਨੇ ਹਾਂ ਇਹ ਬੱਦਲ ਦੀ ਵਜ੍ਹਾ ਨਾਲ ਨਹੀਂ ਮਰਿਆ, ਇਹ ਡੈਮ ਦਾ ਸਾਰਾ ਪਾਣੀ। ਵੇਖੋ ਜੇ ਸਰਕਾਰ ਚਾਹੁੰਦੀ ਤਾਂ ਜ਼ਿਮੀਂਦਾਰਾਂ ਨੂੰ ਬਚਾ ਵੀ ਸਕਦੇ ਸੀ। ਇਹੋ ਹੀ ਪਾਣੀ ਥੋੜ੍ਹਾ ਜਿਹਾ ਹੋਰ ਜ਼ਿਆਦਾ ਛੱਡ ਕੇ ਇਹ 10-12 ਦਿਨ ਚੱਲਦਾ ਤਾਂ ਜ਼ਿਮੀਂਦਾਰ ਕੁਛ ਨਾ ਕੁਛ ਪਰਸੈਂਟ ਬਚ ਸਕਦੇ। ਇਹ ਸਾਰੀਆਂ ਸਰਕਾਰ ਦੀਆਂ ਨਲਾਟੀਆਂ। ਅਸੀਂ ਤਾਂ ਇਹੋ DC ਸਾਹਿਬ ਨੂੰ ਹਰ ਇੱਕ ਨੂੰ ਇਹੋ ਬੇਨਤੀ ਕਰਨੇ ਆ ਜਿੰਨਾ ਤਰਪੂਥਲੇ ਏਰੀਆ ਭਲਾਥੇ ਏਰੀਆ ਜਿੰਨਾ ਵੀ ਨੁਕਸਾਨ ਹੋਇਆ ਉਹਨੂੰ ਸਾਰਾ ਖਰਾਬਾ 100% ਦਿੱਤਾ ਜਾਵੇ। ਨਾ ਦਿੱਤਾ ਗਿਆ ਤਾਂ ਅਸੀਂ ਧਰਨਾ ਲਾ ਕੇ ਜਿੰਨੀਆਂ ਵੀ ਰੋਡ ਨੇ ਉਹ ਬੰਦ ਕਰਾਂਗੇ। ਅਤੇ ਇਹ ਸਾਡੀ ਮੰਗ ਇਹੋ ਹੀ ਆ ਵੀ ਇਹ ਛੇਤੀ ਤੋਂ ਛੇਤੀ ਲਿਸਟਾਂ ਜਾਰੀ ਕੀਤੀਆਂ ਜਾਣ, ਖਰਾਬਾ ਮਿਲਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਿਉਂਕਿ ਅੱਜ ਰਾਪੁਰਾਈਆਂ ਮੰਡ ਦੇ ਵਿੱਚ ਮੰਗ ਉੱਠੀ ਹੈ ਮੁਆਵਜ਼ੇ ਦੀ, ਅਤੇ ਸਰਕਾਰ ਨੂੰ ਇਹ ਸਖਤ ਚੇਤਾਵਨੀ ਹੈ ਜੇ ਸਰਕਾਰ ਬਾਜ਼ ਨਾ ਆਈ ਜਿੱਦਾਂ ਆਪਣੀਆਂ ਕੋਝੀਆਂ ਚਾਲਾਂ ਤੋਂ। ਕਿਉਂਕਿ ਸਾਰੇ ਹਲਕੇ ਜ਼ਿਲ੍ਹਿਆਂ ਦੇ ਵਿੱਚ ਸਰਕਾਰ ਨੇ ਮੁਆਵਜ਼ਾ ਦੇ ਦਿੱਤਾ, ਪਰ ਕਪੂਰਥਲਾ ਏਰੀਆ ਚਲੋ ਗੱਲ ਇਹ ਵੀ ਹੈ ਕਿ 1.5 ਮਹੀਨਾ ਹੋ ਚੁੱਕਾ ਸੁਲਤਾਨਪੁਰ ਲੋਹੀਆਂ ਪਹਿਲਾਂ ਤੋਂ ਡੁੱਬਿਆ ਪਿਆ। ਸਰਕਾਰ ਦੀ ਇੰਨੀ ਨਲਾਇਕੀ ਹੈ ਕਿ ਉੱਥੇ ਵੀ ਨਹੀਂ ਮੁਆਵਜ਼ਾ ਦਿੱਤਾ। ਚਲੋ ਅਸੀਂ ਤੇ ਅਜੇ 10 ਦਿਨ ਹੋਏ ਆ ਪਾਣੀ ਆਇਆ, ਕੋਈ ਗੱਲ 10 ਦਿਨਾਂ ਬਾਅਦ ਵੀ ਮਿਲ ਜਾਏਗਾ, ਪਰ ਸੁਲਤਾਨਪੁਰ 1.5 ਮਹੀਨਾ ਹੋ ਗਿਆ। ਸਰਕਾਰ ਦੀ ਇੰਨੀ ਨਲਾਇਕੀ ਹੈ ਕਿ ਕਪੂਰਥਲਾ ਏਰੀਆ ਨੂੰ ਮਾਰਨਾ। ਅਤੇ ਜਿਹੜੀ ਸਰਕਾਰ ਪ੍ਰਸ਼ਾਸਨ ਮੰਗ ਕਰਦਾ ਕਿ 2.5 ਕਰੋੜ ਜਿਹੜਾ ਜਾਰੀ ਕਰ ਦਿੱਤਾ, ਕਿੱਥੇ ਜਾਰੀ ਕੀਤਾ? आज 10 दिन हो गए NRI वीर भरावां दे नाल रापराइयां जो राशन पानी जो अपना पशुओं का चारा कोई दिक्कत नहीं आन दी। कोई वीर ये नहीं कह सकता कि इतने पशुओं वास्ते कोई दिक्कत आई। भैन भरा दिन रात कर एक करके 10 नौवां की किरत करके साड़ी बांह फड़ते भैन भरावां दी। 100 डंगर ने 11 डंगर ने सारे तक भीरवाल तक सार तक चोकर चार हर एक चीज़ की सेवा। सरकार ने 2.5 लाख कितने खर्च दिता। सरकार नूं पुछना तो बनता है, सरकार देना चाहे सानू मुआवजा देवे। आ जिहड़ी इन्नी फसल बर्बाद हो गई सैटेलाइट ने यह तो पता लग जाता सरकार नूं कि इत्थों अग लगी इत्थे अग नहीं लगी। सरकार नूं जवाबदेही तो किस चीज़ दी है। DC साहब ने हुण उत्थों तो बयान तो दई जांदे ने 30 करोड़ कितना करोड़ कर देना। यह दिता सारा 218 करोड़ सेंटर ने तो वो 186 करोड़ जिहड़ा पंजाब नूं भगवंत मान ने अगे दिता। भगवंत मान की देन दिया सानू। सानू मुर्गी का नहीं ना कुकड़ी का किसी का नहीं चाहिए, बकरी का भी नहीं चाहिए, सानू साडियां फसलों का चाहिए। तो हक लैना जानते हैं, जो नहीं तो फिर सरकार नूं सख्त चेतावनी है। असी प्रशासन नूं भी कहना चाहते हैं अपने पब्बां पार हो जा। जिस गल साडियां फसलों ते आ गई तो असीं अपना मुआवजा लैके तुहानूं दस्सांगे। हुण साहब हुण की स्थिति हैगी है ते DC का जिहड़ा बयान आया भी जी गिरदावरी करके जिहड़ा उक्त मुआवजा दिता जाऊगा। रघु जी गिरदावरी तुसीं इधर निगाह मारो, सारे टोटल का टोटल एरिया जिहड़ा वो पानी की मार हेठ है। 1 किलोमीटर एरिया दे ते 1 महीने का पानी चलन दिया तो जोड़ा हूँ तो 3 किलोमीटर आप जिथे खड़े हैं तकरीबन इतों 3 किलोमीटर दूर दरिया है तो आप निगाह मारीए 3 किलोमीटर तक एरिया टोटल फसल नष्ट हो चुकी है। तो जी प्रशासन आ जिस दिन इधर 10 दिन पहला जिस दिन पानी इस साइड पर बंध के नाल लगा सी उस दिन हरकत च आया तो 2 दिन रहा पर वो भी उस दिन गड्डियां ही उन्हें भजाइया। उन्होंने पब्लिक ने भज नठ करके आप मिट्टी का काम किया, मशीना लाइया, ट्रैक्टर लाए तो तोड़े इकट्ठे करके तो सैकड़े के हिसाब नाल साडे भरावां ने रल के इस बंध नूं बचाया। तुसीं इत्थों तुरपो रापराइयां तो लैके ढिलवां तक तुसीं जाके तो देख लो जा सारी मिट्टी पई हुई है। तो अज भी तुसीं चले जाओ दूधपुर मंड के किसान भरा मिट्टी पा रहे आ लेकिन सरकारी नुमाइंदे आ रहे वो बोरे गिन रहे हैं। जिथे लिखे सी उत्थे बोरे गिनते वेखे गए तो लैके जिहड़े जिथे जाके रिपेयर की जा रही है उत्थे मिनती कर रहे। इसका मतलब ये है कि जिहड़ा 2.5 करोड़ रुपया सरकार ने जारी किया वो इन्हां ने रिपेयर च खा जाना। तो पिछे जी एक होर कोजा मजाक सरकार वालों किया गया कि साडे रापराइयां तो भरावां नूं सद्दिया गया कि तुहानूं ढिलवां फीड दी जाएगी। तो साढ़े सारे भरा इतों 3 ट्रालियां लैके गए तो 3 ट्रालियां में इन्नी नमोशी वाली गल है कि 1.5 क्विंटल फीड दी गई तो इन्हों ये पूछो कि 1.5 क्विंटल तो ज़्यादा खर्चा तो किसानों का उत्थे जान तो लग गया। ये कोजियां हरकत सरकार बाज आवे जो मुआवजा देना तो दवे, नहीं देना तो आ जिहड़ियां जलील करने वाली हरकतों तो बाज आवे। जे प्रशासन ने इस साइड पर आप जो मंड एरिए मुआवजा ना दिता तुहानूं लोड़ पई धरना लाउंदे तां इत्थे चौंक 'च धरना भी लावांगे, लोड़ भी उपर दे अधिकारियां नूं भी मिलांगे। तो ये प्रशासन तो मांग करते हैं कि इधर तुसीं हुण गिरदावरी कराई जाए तो जल्दी तो जल्दी योग जिहड़े सारे किसान उन्होंने योग मुआवजा दिता जाए। हाँ जी प्रधान साहब इकट्ठे होए तुसीं इत्थे की मसला है? अज का मसला ये है जी जो अज तो 9-10 दिन पहले जिहड़े बारिशां दे नाल हड़ की स्थिति बनी। साडा जिला कपूरथला दे 3 हलके पलाथ कपूरथला ते सुल्तानपुर ये पूरी तरह हड़ प्रभावित होए। पर अफसोस नाल कहना पैंदा कि अज इस करके इकट्ठे होए आ दौदपुर, मिर्जापुर, रायपुर, राइया होर पिंडां दे भी सारे लोग कि साडा कपूरथला जिला जिहड़ा इनू हड़ प्रभावित मन्निया ही नहीं गया सरकार वालों। ना किसी गिरदौरी हुई, ना कोई अजे तक हदायतां वा ते ना जिस तरह की चाहिदी सी किसानां नूं जरूर तरपाला डंगरां दा चारा जां जिहड़े तुसीद बंध ते बैठे लोग उन्हां दे होर प्रबंध अजिही कोई गल इन्हां 3 हलकियां दे विच नहीं आई। कपूरथला जिला जिहड़ा पूरी तरह की कहिंदे भी सरकारी कागज़ां दे विच हड़ प्रभावित नहीं लिया गया जद कि पानी दोबारा आ गया। पानी अज की डेट में 2 फुट पानी साडा जिहड़ा ये पहले नालों वध गया वा ते होर वध होण दी संभावना वा। ते जिहड़े इत्थे दे सरकार दे नुमाइंदे आ मैं उन्हां नूं कहना चाहुंदा कि तुहाडी फिर हाज़री कित्थे आ। तुहाडे हलके दे लोक जिहड़े आ वो 3 हलकियां दे लोक जिहड़े पानी दी लपेट विच आए टुस्सियां ते डेरे ला के बैठे आ माल डंगर सब कुछ लैके बिना ਸੁੱਖ ਸਹੂਲਤਾਂ ਤੋਂ ਨਾ ਕੋਈ ਲਾਈਟ ਦਾ ਪ੍ਰਬੰਧ ਨਾ ਕੋਈ ਤਰਪਾਲਾਂ ਦਾ ਪ੍ਰਬੰਧ। ਚਲੋ ਇਹ ਕੁਦਰਤ ਦੀ ਆਪਾਂ ਸਮਝਦੇ ਵੀ ਇੱਕ ਬਹੁਤ ਵੱਡੀ ਗੱਲ ਕਿ ਇਹਨਾਂ ਦਿਨਾਂ ਦੇ ਵਿੱਚ ਸਗੋਂ ਸਾਡੇ ਇੱਥੇ ਬਾਰਿਸ਼ ਨਹੀਂ ਹੋਈ, ਜੇ ਬਾਰਿਸ਼ ਹੁੰਦੀ ਤੇ ਵਿਚਾਰਿਆਂ ਨੂੰ ਬਾਹਰ ਰਹਿਣਾ ਪੈਣਾ ਸੀਗਾ। ਇਸ ਕਰਕੇ ਸਰਕਾਰ ਨੂੰ ਬੇਨਤੀ ਆ, ਪ੍ਰਸ਼ਾਸਨ ਨੂੰ ਬੇਨਤੀ ਆ, ਡੀਸੀ ਸਾਹਿਬ ਐਸਐਸਪੀ ਸਾਹਿਬ ਸਾਰਾ ਜ਼ਿਲ੍ਹੇ ਦਾ ਅਫਸਰਸ਼ਾਹੀ ਜਿਹੜੀ ਆ ਉਹ ਟੁੱਸੀ ਤੇ ਨਿਗਰਾਨੀ ਰੱਖ ਲਈ ਰਹੀ ਸੀ, ਪਰ ਹੜ੍ਹ ਪ੍ਰਭਾਵਿਤ ਇਲਾਕਾ ਜਿਹੜੇ ਸਾਡਾ ਜ਼ਿਲ੍ਹਾ ਉਹ ਨਹੀਂ ਗਿਣਿਆ ਗਿਆ। ਜੇ ਆਪਾਂ ਗੱਲ ਕਰੀਏ ਡੀਸੀ ਦੇ ਹੁਣੇ ਇੱਕ ਬਿਆਨ ਸਾਹਮਣੇ ਆਇਆ ਵੀ 2.5 ਕਰੋੜ ਜਿਹੜੀ ਰਾਸ਼ੀ ਪਹਿਲਾਂ ਜਾਰੀ ਕਰਤੀ ਸੀ ਜ਼ਿਲ੍ਹੇ ਵਾਸਤੇ, ਤੇ ਜਿਹੜੀ ਆ ਬਾਕੀ ਜਿਹੜੀ ਆ अनुमान है कि 30 करोड़ की जी वो मुआवजा राशि जी जल्दी ही जी जिले में मिलेगी। की कहना हूँ एक बयान आया देखो डीसी साहब उन्होंने जो बयान दिता वा तो वो जो 2.5 करोड़ कहते नाम भी दस देने भी किन्ना लोगों को मिलिया जां किस काम लई खर्चिया गया। जी आने वाली राशि आ उहदे बारे तो जो आऊगी उदों ही पता लगूगा जो लोगों तक पहुँचूगी। की मंग की हैगी हुण तुहाडी? साडी मंग वा जी भी जिहड़ा टुसी बन दे अंदर जमीन आ सारे जिहड़े जीवदार जिन्हां दी भी लोकां दी जमीन आ वो पूरी तरह नष्ट हो गई आ, पूरा जिहड़ा मुआवजा मिलना चाहिदा वा। सरकारी जिहड़े 15,000 की गल 15,000 तक खर्च भी नहीं पूरा आउंदा, खर्च जे पूरा टोटल गिण लईए 15,000 तो मेरा 20 ਤੋਂ 25 तक खर्च आउंदा। इस करके जे खर्च भी दिता जाए तो भी घट तो घट 25,000 रुपया ਚਾਹੀਦਾ ਤੇ ਜਿਹੜੀ ਸਾਡੇ ਕਿਸਾਨਾਂ ਦੀ ਮੰਗ ਆ ਵੀ 50,000 ਰੁਪਇਆ ਚਾਹੀਦਾ ਮੁਆਵਜ਼ਾ, ਜੇ ਨਹੀਂ ਤਾਂ 25,000 ਤੋਂ ਘੱਟ ਤੇ ਕਿਸੇ ਕੀਮਤ ਤੇ ਵੀ ਜਿਹੜਾ ਉਹ ਜ਼ਿਮੀਂਦਾਰ ਦਾ ਨੁਕਸਾਨ ਜਿਹੜਾ ਉਹ ਪੂਰਤੀ ਹੋ ਹੀ ਨਹੀਂ ਸਕਦੀ। ਠੇਕੇ ਤੇ ਉਹਨਾਂ ਨੂੰ ਪੈ ਹੀ ਗਏ ਪਰ ਜਿਹੜਾ ਉੱਤੇ ਲਾਗਤ ਆਈ ਆ ਉਹ ਘੱਟ ਤੋਂ ਘੱਟ 25,000। ਠੀਕ।